ਹੋਟਲ 'ਚ ਬੈਠੇ ਕੁਝ ਦੋਸਤਾਂ ਦੇ ਉੱਤੇ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਕੁੱਟਮਾਰ ਕਰਨ ਤੋਂ ਬਾਅਦ ਇਹ ਸਾਰੇ ਹਮਲਾਵਰ ਉੱਥੋਂ ਫਰਾਰ ਹੋ ਗਏ ਤੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਭ ਕੁਝ ਕੈਦ ਹੋ ਗਿਆ, ਜਿਸ ਦੇ ਵਿੱਚ ਨਜ਼ਰ ਆਇਆ ਕਿ ਇੱਕ ਹੋਟਲ ਦੇ ਕਮਰੇ ਦੇ ਬਾਹਰ ਲੌਬੀ ਦੇ ਵਿੱਚ ਕੁਝ ਬਦਮਾਸ਼ ਖੜੇ ਨੇ ਅਤੇ ਇੱਕ ਨੌਜਵਾਨ ਦੀ ਕੁੱਟਮਾਰ ਕਰ ਰਹੇ ਨੇ, ਫਿਰ ਉਸਨੂੰ ਕੁੱਟਦੇ ਹੋਏ ਕਮਰੇ ਦੇ ਵਿੱਚ ਲੈ ਜਾਂਦੇ ਨੇ। ਬਾਕੀ ਕਮਰਿਆਂ ਦੇ ਵਿੱਚੋਂ ਵੀ ਗੈਸਟ ਬਾਹਰ ਆ ਜਾਂਦੇ ਨੇ ਤੇ ਲੜਾਈ ਛੁਡਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਇੱਥੇ ਹਮਲਾਵਰਾਂ ਦੀ ਤਾਦਾਦ ਜ਼ਿਆਦਾ ਸੀ ਜਿਸ ਕਰਕੇ ਕੋਈ ਵੀ ਇਸ ਲੜਾਈ 'ਚ ਨਹੀਂ ਪੈਂਦਾ। ਉਧਰ ਹੀ ਜਿਸ ਨੌਜਵਾਨ ਦੀ ਕੁੱਟਮਾਰ ਹੋ ਰਹੀ ਹੁੰਦੀ ਹੈ ਤਾਂ ਉਸਦੇ ਦੋਸਤ ਵੀ ਇੱਧਰ ਉੱਧਰ ਫੋਨ ਕਰਨ ਲੱਗ ਪੈਂਦੇ ਨੇ ਮਦਦ ਲਈ। ਜਿਵੇਂ ਹੀ ਇੱਕ ਫੋਨ ਕਰਦਾ ਹੋਇਆ ਬਾਹਰ ਆਉਂਦਾ ਹੈ ਸਾਥੀ, ਤਾਂ ਨਾਲ ਹੀ ਹਮਲਾਵਰ ਦਰਵਾਜ਼ਾ ਬੰਦ ਕਰ ਦਿੰਦੇ ਨੇ ਤੇ ਫਿਰ ਬੰਦ ਕਮਰੇ ਦੇ ਵਿੱਚ ਇਸ ਨੌਜਵਾਨ ਦੀ ਬੈਲਟਾਂ ਦੇ ਨਾਲ ਡੰਡਿਆਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਦੋਸਤ ਲਗਾਤਾਰ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਪਰ ਦਰਵਾਜ਼ਾ ਨਹੀਂ ਖੋਲ੍ਹਿਆ ਜਾਂਦਾ ਤੇ ਜਦੋਂ ਉਸ ਨੌਜਵਾਨ ਦੀ ਕੁੱਟਮਾਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ਤੇ ਫਿਰ ਇੱਕ ਇੱਕ ਕਰਕੇ ਹਮਲਾਵਰ ਬਾਹਰ ਨਿਕਲਦੇ ਨੇ। ਕੈਪ ਦੇ ਵਿੱਚ ਨਜ਼ਰ ਆ ਰਿਹਾ ਇਹ ਸ਼ਖਸ ਜਿਸ ਨੂੰ ਇਸ ਸਾਥੀ ਹਮਲਾਵਰ ਨੇ ਜੋ ਫੜ ਕੇ ਬਾਹਰ ਲਿਜਾ ਰਹੇ ਨੇ, ਜੋ ਇਸ ਨੌਜਵਾਨ ਦੀ ਕੁੱਟਮਾਰ ਕਰ ਰਿਹਾ ਸੀ, ਤਾਂ ਇਸ ਨੂੰ ਵੀ ਬੜੀ ਮੁਸ਼ਕਲ ਦੇ ਨਾਲ ਹਮਲਾਵਰ ਸਾਥੀਆਂ ਦੇ ਵੱਲੋਂ ਹਟਾਇਆ ਜਾਂਦਾ ਹੈ। ਇੱਥੇ ਹੋਟਲ ਦੇ ਅੰਦਰ ਦੀਆਂ ਤੇ ਬਾਹਰ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਤਸਵੀਰਾਂ ਦੇ ਵਿੱਚ ਵੀ ਨਜ਼ਰ ਆਏ ਕਿ ਹੋਟਲ ਦੇ ਬਾਹਰ ਵੀ ਇਹ ਬਦਮਾਸ਼ ਖੜੇ ਰਹਿੰਦੇ ਨੇ, ਫਿਰ ਅੰਦਰ ਵੜਦੇ ਨੇ ਤੇ ਕੁੱਟਮਾਰ ਕਰਕੇ ਫਿਰ ਉੱਥੋਂ ਫਰਾਰ ਹੋ ਜਾਂਦੇ ਨੇ। ਦਰਅਸਲ ਜਿਵੇਂ ਹੀ ਕੁੱਟਮਾਰ ਕਰਕੇ ਬਾਹਰ ਆਉਂਦੇ ਨੇ ਤੇ ਇਸ ਕੈਪ ਵਾਲੇ ਸ਼ਖਸ ਨੂੰ ਹਮਲਾਵਰ ਸਾਥੀ ਉਸਦੇ ਰੋਕਦੇ ਨੇ, ਤਾਂ ਇਸੇ ਦੌਰਾਨ ਜੋ ਦੋਸਤਾਂ ਨੇ ਮਦਦ ਲਈ ਸ਼ਖਸ ਨੂੰ ਬੁਲਾਇਆ ਸੀ ਉਹ ਕਾਰ ਦੇ ਵਿੱਚ ਆਉਂਦਾ ਹੈ। ਜਿਵੇਂ ਹੀ ਇਹ ਕੈਬ ਵਾਲਾ ਹਮਲਾਵਰ ਦੇਖਦਾ ਹੈ ਕਿ ਕਾਰ ਦੇ ਵਿੱਚ ਉਸਦਾ ਭਰਾ ਵੀ ਆ ਗਿਆ ਹੈ ਤਾਂ ਉਸਦੇ ਵੱਲ ਦੌੜਦਾ ਹੈ ਤੇ ਉਹਨੂੰ ਵੀ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਫਿਰ ਤੋਂ ਇਸ ਹਮਲਾਵਰ ਦੇ ਸਾਥੀ ਉਸਨੂੰ ਫੜ ਲੈਂਦੇ ਨੇ, ਰੋਕ ਲੈਂਦੇ ਨੇ ਤੇ ਕਾਰ ਚਾਲਕ ਉੱਥੋਂ ਫਰਾਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਇਹ ਹਮਲਾਵਰ ਵੀ ਉੱਥੋਂ ਚਲੇ ਜਾਂਦੇ ਨੇ। ਇਹ ਸਾਹਮਣੇ ਆ ਰਿਹਾ ਕਿ ਇੱਥੇ ਦੋ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ, ਜਿਸ ਦੇ ਭਰਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ, ਪਰ ਇਹ ਕਿਹਾ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮਾਮਲਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੋਂ ਸਾਹਮਣੇ ਆਇਆ, ਜਿੱਥੇ ਇੱਕ ਨਿੱਜੀ ਹੋਟਲ ਦੇ ਵਿੱਚ ਸਭ ਕੁਝ ਦੇਖਣ ਨੂੰ ਮਿਲਿਆ ਹੈ। ਹਥਿਆਰ ਲੈ ਕੇ ਕਿਹਾ ਜਾ ਰਿਹਾ ਕਿ ਬਦਮਾਸ਼ ਅੰਦਰ ਵੜੇ ਨੇ, ਹੋਟਲ 'ਚ ਬੈਠੇ ਇਹਨਾਂ ਦੋਸਤਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਹੁਣ ਜਿਸ ਸ਼ਖਸ ਦੀ, ਜਿਸ ਨੌਜਵਾਨ ਦੀ ਕੁੱਟਮਾਰ ਹੋਈ ਹੈ ਉਸਦੇ ਭਰਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਨਾਲ ਹੀ ਥਾਣੇ ਦੇ ਵਿੱਚ ਜਾ ਕੇ ਨਾਅਰੇਬਾਜ਼ੀ ਕੀਤੀ ਗਈ ਹੈ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ। ਸਰ ਸੋਨੂ ਕੱਕੜ ਜੀ, ਹੋਟਲ ਕਿਹੜੀ ਹੈ, ਕੀ ਗੱਲਬਾਤ ਹੋਈ ਹੈ? ਫਿਰੋਜ਼ਪੁਰ ਰੋਡ ਤੇ ਹੋਟਲ ਆ ਜੀ ਮੇਰੇ ਬ੍ਰਦਰ ਦਾ। ਕੱਲ ਰਾਤੀ ਇਹ 4-5 ਦੋਸਤ ਰੂਮ 'ਚ ਬੈਠੇ ਸੀਗੇ, ਇਹਨਾਂ ਦਾ ਕਿਸੇ ਹੋਰ ਦਾ ਹੋਟਲ ਦਾ ਕੋਈ ਪਾਰਟਨਰ ਇਹਨਾਂ ਕੋਲ ਆਇਆ ਤੇ ਇਕੱਲਾ ਆਇਆ, ਇਹ 4-5 ਜਾਣੇ ਬੈਠੇ ਸੀਗੇ, ਇਕੱਲਾ ਦੇਖ ਕੇ ਮੁੜ ਗਿਆ ਕਿ 4-5 ਜਾਣੇ ਆ, ਮੁੜ ਕੇ 10 ਕੁ ਮਿੰਟ ਬਾਅਦ ਉਹ 10-12 ਜਾਣੇ ਲੈ ਕੇ ਆਇਆ ਤੇ ਇਹ ਦੋ ਬੰਦਿਆਂ ਦੇ ਹਮਲਾ ਕਰਤਾ, ਮੇਰੇ ਬ੍ਰਦਰ ਤੇ ਅਮਿਤ ਕੱਕੜ ਤੇ ਇਹਦੇ ਪਾਰਟਨਰ ਤੇ ਮੁਰਲੀ ਤੇ। ਇਹਨਾਂ ਦੇ ਕਾਫੀ ਗੰਭੀਰ ਸੱਟਾਂ ਮਾਰੀ ਗਈਆਂ, ਇਹਨਾਂ ਦੇ ਦਾਤ ਮਾਰੇ ਗਏ, ਇਹਨਾਂ ਦੇ ਸਿਰ ਤੇ ਰਾਡਾਂ ਮਾਰੀ ਗਈਆਂ, ਪਿੱਠ ਤੇ ਬੈਲਟਾਂ ਮਾਰੀ ਗਈਆਂ, ਲੱਤਾਂ ਨਾਲ ਕੁੱਟਿਆ ਗਿਆ, 10 ਤੋਂ 15 ਮਿੰਟ ਕੁੱਟਿਆ ਗਿਆ ਕਮਰਾ ਬੰਦ ਕਰਕੇ, ਜੋ ਸਾਰਾ CCTV ਦੇ ਵਿੱਚ ਆਇਆ ਜੀ। ਕੀ ਹਥਿਆਰ ਵੀ ਸੀ ਉਹਨਾਂ ਕੋਲ? ਉਹਨਾਂ ਕੋਲ ਟੋਕੇ ਸੀਗੇ, 10 ਤੋਂ 12 ਜਾਣੇ ਸੀਗੇ, ਇੱਕ ਕਾਰ ਤੇ ਆਏ ਸੀਗੇ, ਇੱਕ ਬਾਈਕ ਸੀਗੇ, ਕਾਰ ਦਾ ਨੰਬਰ ਵੀ ਅਸੀਂ ਲਿਖਾ ਦਿੱਤਾ ਜੀ। ਤੇ ਆਪਣੇ ਕਿੰਨੇ ਬੰਦੇ ਤੇ ਲੱਗੀ ਜੀ? ਦੋ ਬੰਦੇ ਸਾਡੇ ਸੱਟਾਂ ਲੱਗੀਆਂ ਜੀ। ਉਹ ਕਿੰਨੇ ਜਣੇ ਸੀਗੇ? ਉਹ ਸੀਗੇ ਸਰ 8 ਬੰਦੇ, ਅਸੀਂ ਕਾਊਂਟ ਕੀਤੇ ਆ, 3-4 ਬੰਦੇ ਸ਼ਾਇਦ ਬਾਹਰ ਖੜੇ ਹੋਣ। ਤੇ ਅੱਜ ਕਮਿਸ਼ਨ ਜ਼ੋਨ 3 ਦੇ ਬਾਅਦ ਤੁਸੀਂ ਪਹੁੰਚੋ, ਅੰਦਰ ਨਾਅਰੇਬਾਜ਼ੀ ਕਰ ਰਹੇ ਸੀਗੇ, ਕਾਰਨ ਕੀ ਨਾਅਰੇਬਾਜ਼ੀ ਕਰਨ ਦਾ? ਅਸੀਂ ਰਾਤ ਦੀ ਅਸੀਂ ਜੀ ਕੰਪਲੇਂਟ ਕੀਤੀ ਹੋਈ ਜੀ, ਰਾਤ ਦੀ 1:30 ਵਜੇ ਦੀ, ਤੇ ਸਵੇਰੇ ਅਸੀਂ 8 ਵਜੇ ਜਾ ਕੇ ਮੌਕਾ ਦਿਖਾਇਆ ਜੀ,
ਆਈਓ ਸਾਹਿਬ ਨੂੰ, ਠੀਕ ਹੈ ਜੀ, ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਜੀ 10-11 ਵਜੇ ਤੱਕ ਪਰਚਾ ਹੋ ਜੂਗਾ। ਅਸੀਂ 4-5 ਵਜੇ ਤੱਕ ਉਡੀਕ ਕਰੀ ਗਏ, ਜਦੋਂ ਪਰਚਾ ਕਰਨ ਦੀ ਵਾਰੀ ਆਈ ਜੀ, ਉਹਨਾਂ ਨੇ ਜੀ ਸਾਨੂੰ ਸਾਫ਼ ਮਨਾ ਕਰਤਾ ਜੀ, ਸਾਨੂੰ SP ਸਾਹਿਬ ਦੇ ਔਡਰ ਹੈਗੇ ਜੀ, ਪਰਚਾ ਨਹੀਂ ਕਰਨਾ, ਉਹਨਾਂ ਨਾਲ ਜਾ ਕੇ ਇੱਕ ਵਾਰੀ ਮਿਲੋ ਜੀ। ਕਾਰਨ ਸਾਨੂੰ ਦੱਸਿਆ ਨਹੀਂ, ਪੋਲੀਟੀਕਲ ਪ੍ਰੈਸ਼ਰ ਨਹੀਂ ਲੱਗਦਾ, ਮੈਨੂੰ ਡਿਪਾਰਟਮੈਂਟਲ ਪ੍ਰੈਸ਼ਰ ਜੋ ਮੈਨੂੰ ਲੱਗਦਾ ਜੀ ਕਿ ਇਹਨਾਂ ਨੂੰ ਉੱਚ ਅਧਿਕਾਰੀ ਦੇ ਫੋਨ ਆਏ ਜੀ। ਅੱਛਾ, ਜੇ ਆਪਾਂ ਗੱਲ ਕਰੀਏ ਅਗਰ ਕਾਰਵਾਈ ਨਹੀਂ ਹੁੰਦੀ, ਅਗਲੀ ਰਣਨੀਤੀ ਕੀ ਹੋਈ ਤੁਹਾਡੀ ਜੀ? ਇਹਨਾਂ ਖਿਲਾਫ਼ ਹੀ ਧਰਨਾ ਲਾਵਾਂਗੇ ਜੀ, ਠੀਕ ਹੈ, ਮੀਡੀਆ ਅੱਗੇ ਪੂਰੀ ਆਪਣੀ ਗੱਲ ਰੱਖਾਂ ਜੀ, ਤਾਂ ਵੀ ਇਹਨਾਂ ਦੇ ਕੰਨਾਂ 'ਚ ਜੂ ਨਾ ਸਰਕੀ ਜੀ, ਅਸੀਂ ਕੋਰਟ ਥਰੂ ਇਹਨੂੰ ਪਰਚਾ ਕਰਾਵਾਂਗੇ ਜੀ। ਜਿਹੜੇ ਆਪਣੇ ਪੁਲਿਸ ਮਹਿਕਮੇ ਦੇ ਬੰਦੇ ਇਸ ਦੇ ਰਿਲੇਟਿਡ ਰਲੇ ਹੋਏ ਆ, ਜਿਹੜੇ FIR ਨਹੀਂ ਕਰਦੇ, ਇਹਨਾਂ ਖਿਲਾਫ਼ ਹਾਈ ਕੋਰਟ ਦੇ ਅਸੀਂ ਰਿਟ ਲਾਵਾਂਗੇ। ਸੀਨੀਅਰ ਅਧਿਕਾਰੀਆਂ ਤੋਂ ਕੀ ਮੰਗੇ ਜੀ ਹੁਣ ਤੱਕ? ਕਿ ਸਾਡੀ ਜੋ ਸਾਡੀ ਕੰਪਲੇਂਟ ਆ, ਜਲਦ ਤੋਂ ਜਲਦ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਜੀ। ਲੱਗਦਾ ਵੀ ਜੇ ਕੋਈ ਹਾਦਸਾ ਆਈਵੇ ਤਾਂ ਪੁਲਿਸ ਫਿਰ ਉਦੋਂ ਕਾਰਵਾਈ ਕਰਦੀ ਹੈ ਜਦ? ਉਹ ਤਾਂ ਸਾਨੂੰ ਬਾਗ ਵੀ ਹਾਲੇ ਵੀ ਡਰ ਆ ਜੀ, ਸਾਡੇ ਜਦੋਂ ਮਰਜ਼ੀ ਹਮਲਾ ਹੋ ਸਕਦਾ ਸਾਡੇ 'ਤੇ, ਸਾਡੇ ਪਰਿਵਾਰ 'ਤੇ, ਮੇਰੇ ਸੱਜਣ ਮਿੱਤਰਾਂ 'ਤੇ, ਕਿਸੇ ਦੀ ਵੀ ਕਿਸੇ ਪ੍ਰਕਾਰ ਦਾ ਹਮਲਾ ਹੁੰਦਾ ਜੀ, SP ਸਾਹਿਬ ਅਤੇ SHO ਸਰਾਭਾ ਨਗਰ ਜ਼ਿੰਮੇਵਾਰ ਹੋਊਗਾ ਜੀ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਅਮਿਤ ਕੱਕੜ। ਅੱਛਾ, ਜਿਹੜਾ ਕੱਲ੍ਹ ਹਮਲਾ ਹੋਇਆ, ਕੀ ਕਾਰਨ ਰਿਹਾ, ਤੁਸੀਂ ਕਿਹੜੀ ਜਗ੍ਹਾ 'ਤੇ ਮੌਜੂਦ ਸੀਗੇ? ਮੈਂ ਆਪਣਾ ਹੋਟਲ 'ਤੇ ਮੌਜੂਦ ਸੀਗਾ, ਫਿਰੋਜ਼ਪੁਰ ਰੋਡ 'ਤੇ। ਉਹ ਮੇਰਾ ਪਾਰਟਨਰ ਸੀਗਾ, ਉਹ ਆਇਆ 10-12 ਬੰਦਿਆਂ ਨਾਲ ਆ ਕੇ, ਉਹਨੇ ਆਉਂਦੇ ਹੀ ਕੋਈ ਗੱਲਬਾਤ ਨਹੀਂ ਕੀਤੀ, ਇੱਕ ਮਿੰਟ ਬੈਠਾ, ਨਾਲ ਹੀ ਉਹਨੇ ਹਮਲਾ ਕਰਤਾ। ਮੈਂ ਪੁੱਛਦਾ ਗਿਆ ਮੈਨੂੰ ਕਿਉਂ ਮਾਰਦਾ ਪਿਆ, ਕਹਿੰਦਾ ਨਹੀਂ ਮੈਂ ਤੈਨੂੰ ਰੀਜ਼ਨ ਬਾਅਦ 'ਚ ਦੱਸਾਂਗਾ, ਤੈਨੂੰ ਮੈਂ ਮਾਰਨਾ। ਕਹਿੰਦਾ, ਮੈਂ ਕਿਹਾ ਕੀ ਕੋਈ ਗਲਤ ਆ, ਦੱਸ ਕਿਉਂ ਮਾਰਦਾ ਪਿਆ? ਕਹਿੰਦਾ ਨਹੀਂ ਨਹੀਂ ਮੈਂ ਤੈਨੂੰ ਮਾਰਨਾ, ਉਹ ਮੈਨੂੰ ਮਾਰ ਹੀ ਗਿਆ ਉਹਨਾਂ ਨੇ, ਕੋਈ ਨਸ਼ਾ ਵੀ ਕੀਤਾ ਹੋਇਆ ਸੀ, ਕਾਰਨ ਦਾ ਪਤਾ ਕਾਗਜ਼ ਨਹੀਂ ਦੱਸਿਆ ਉਹਨਾਂ ਨੇ। ਅੱਛਾ, ਕੀ ਹਥਿਆਰ ਵੀ ਸੀ ਉਹਨਾਂ? ਉਹਨਾਂ ਕੋਲ ਹਥਿਆਰ ਵੀ ਸੀਗੇ, ਉਹਨਾਂ ਨੇ ਮੇਰੇ ਕੱਟ ਵੀ ਮਾਰਿਆ, ਮੈਨੂੰ 7 ਜਾਂਗਿਆਂ ਨੇ ਲਗਾਤਾਰ ਕੁੱਟਿਆ, 10 ਮਿੰਟ ਪੂਰੀ ਵੀਡੀਓ ਹੈਗੀ ਹੈ। ਅੱਛਾ, ਤੁਹਾਡੇ ਹੋਟਲ 'ਚ ਤੁਹਾਨੂੰ? ਹਾਂ, ਮੈਨੂੰ ਹੀ ਕੁੱਟਿਆ, ਨਾਲ ਮੇਰੇ ਨਾਲ ਦੇ ਪਾਰਟਨਰ ਨੂੰ ਕੁੱਟਿਆ, ਦੋਨਾਂ ਨੂੰ ਬਹੁਤ ਕੁੱਟਿਆ। ਐਂਡ 'ਚ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਨੂੰ ਮਾਰ ਦੇ, ਹੁਣ ਤਾਂ ਤੂੰ ਮਾਰਨ ਨਹੀਂ ਆਇਆ। ਐਂਡ 'ਚ ਉਹ ਮਾਰ ਮੂਰ ਕੇ ਮੈਂ ਅੰਨ ਹਾਗਤ 'ਚ ਹੋ ਗਿਆ, ਉਹ ਮੈਨੂੰ ਸਿੱਟ ਕੇ ਥੱਲੇ ਗਏ, ਅਤੇ ਪੁਲਿਸ ਨੂੰ ਮੇਰੀ ਚੈਨੀ ਵੀ ਉਹ ਨਾਲ ਗਏ ਗਏ, ਪੁਲਿਸ ਨੂੰ ਤਗਾਹ ਕੀਤੀ। ਅਸੀਂ ਰਾਤੀ ਪਰਚਾ ਕਟਾਇਆ ਸੀਗੇ, 4 ਵਜੇ ਤੱਕ ਅਸੀਂ ਘੁੰਮਦੇ ਗਏ ਹਾਂ, ਮੁੜ ਕੇ 7 ਵਜੇ ਹੋਟਲ 'ਤੇ ਪੁਲਿਸ ਆਈ ਹੈ, ਉਹਨਾਂ ਨੂੰ ਪੂਰੀ ਚੀਜ਼ ਦਿਖਾਈ ਹੈ। ਹਜੇ ਤੱਕ ਸ਼ਾਮ ਦੇ 6 ਵੱਜ ਗਏ, ਕੋਈ ਕਾਰਵਾਈ ਨਹੀਂ ਹੋ ਗਈ। ਜਿਨ੍ਹਾਂ ਨੇ ਹਮਲਾ ਕੀਤਾ ਉਹ ਬੰਦੇ ਕੋਲ ਨੇ, ਨਾਮ ਕੀ ਨੇ ਉਹਨਾਂ ਦਾ ਪਤਾ? ਇੱਕ ਹਾਂ, ਗੌਰਵ ਨਾਮ ਹੈ ਮੁੰਡੇ ਦਾ, ਗੌਰਵ ਸ਼ਰਮਾ ਮੁੰਡੇ ਦਾ ਨਾਮ ਹੈ, ਦੂਜੇ ਗੌਰਵ ਤਿਵਾੜੀ ਨਾਮ ਹੈ ਮੁੰਡੇ ਦਾ। ਕੀ ਨਾਮ ਸੀ ਬਾਕੀ ਮੁੰਡੇ ਦਾ? ਨਵਜੋਤ ਨਾਮ ਸੀਗਾ ਮੁੰਡੇ ਦਾ, ਇੱਕ ਗੋਮੀ ਮੁੰਡਾ ਸੀਗਾ, ਇੱਕ ਉਹ ਸੀਗਾ। ਇਸ ਟੋਟਲ 12 ਜਾਣੇ ਸੀਗੇ, ਬਾਕੀ ਇਹਨੂੰ ਪਛਾਤੇ ਸੀ 3 ਬੰਦੇ ਨਾਮ? ਹਾਂ, 8 ਜਾਣੇ ਪਛਾਣ ਹੋ ਗਏ, 3 ਜਾਣਿਆਂ ਦਾ ਨਹੀਂ ਪਤਾ ਲੱਗ ਗਿਆ। ਅੱਛਾ, ਤੇ ਹੁਣ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀ ਤੁਸੀਂ ਇੱਥੇ ਨਾਰੇ? ਬਸ ਸਾਨੂੰ ਇਨਸਾਫ ਦਿੱਤਾ ਜਾਵੇ, ਪਰਚਾ ਕੱਟਿਆ ਜਾਵੇ ਇਹਨਾਂ 'ਤੇ, ਆਪਾਂ ਇਹੀ ਚਾਹੁੰਦੇ ਹਾਂਗੇ। ਤਾਂ ਮੈਨੂੰ ਜਾਨ ਦਾ ਖਤਰਾ, ਮੈਨੂੰ ਕੁਛ ਵੀ ਹੋਊਗਾ, ਇਹ ਲੋਕ ਜ਼ਿੰਮੇਦਾਰ ਹੋਊਗਾ, ਮੈਨੂੰ ਕੁਛ ਵੀ ਹੋਊਗਾ। ਇਹਨਾਂ ਨਾਲ ਪੰਗਾ ਪਿਆ ਤੁਹਾਡੇ ਪਾਰਟਨਰ ਜੀ? ਮੇਰਾ ਪਾਰਟਨਰ ਦਾ ਹੋਟਲ ਦਾ, ਕੋਈ ਹੋਟਲ ਦੇ ਰਹੇ? ਹਾਂ, ਮੇਰੇ 2 ਹੋਟਲਾਂ 'ਚ ਪਾਰਟਨਰ ਹੈ, ਇੱਕ ਹੋਟਲ ਫਿਰੋਜ਼ਪੁਰ ਰੋਡ 'ਤੇ, ਇੱਕ ਹੋਟਲ ਆਪਣਾ ਹੈਬੋਵਾਲ ਰੋਡ 'ਤੇ। ਠੀਕ ਹੈ। ਸਰ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਚਰਨਜੀਤ ਜੀ। ਸਰ, ਪਹਿਲਾਂ ਤੁਸੀਂ SP ਸਾਹਿਬ ਦਫ਼ਤਰ ਵੀ ਪਹੁੰਚੇ, ਹੁਣ ਥਾਣੇ ਵੀ ਪਹੁੰਚੇ ਹੋ, ਲਗਾਤਾਰ ਗੇੜੇ ਖਾ ਰਹੇ ਹੋ, ਕੀ ਗੱਲ ਹੈ? ਕੱਲ੍ਹ ਰਾਤ ਮੇਰੇ ਬੇਟੇ ਨੂੰ, ਅਮਿਤ ਕੱਕੜ ਨੂੰ, ਜੋ ਇਹਦੇ ਪਾਰਟਨਰ ਸੀਗੇ, ਇੱਕ ਹੋਟਲ ਦੇ ਵਿੱਚ 7-8 ਜਣੇ ਕੁੱਟ ਗਏ, ਅਤੇ ਅਸੀਂ ਕੱਲ੍ਹ ਰਾਤ ਦੇ ਹੀ ਇੱਥੇ ਸਰਾਭਾ ਨਗਰ ਥਾਣੇ 2:30 ਵਜੇ ਦੇ ਕੱਲ੍ਹ ਰਾਤ ਦੀ ਇੱਥੇ, ਫਿਰ ਇਹਨਾਂ ਨੇ ਸਾਨੂੰ ਮਿੱਠੀ ਗੋਲੀ ਦੇ ਕੇ ਭੇਜਤਾ, ਕੰਪਲੇਂਟ ਨੋਟ ਕਰਕੇ। ਕਹਿੰਦੇ ਪਰਚਾ ਸਵੇਰੇ ਦਾਂਗੇ, ਸਵੇਰੇ ਇਹਨਾਂ ਨੇ 7:30 ਵਜੇ ਬੁਲਾ ਲਿਆ, ਸਵੇਰੇ 7:30 ਵਜੇ ਦੇ ਆਏ ਹੋਏ ਆ। ਕਦੀ SP ਦਫ਼ਤਰ ਭੇਜ ਦਿੰਦੇ ਆ, ਕਦੀ ਇੱਧਰ ਬੁਲਾ ਲੈਂਦੇ ਆ, ਕਦੀ ਕਹਿੰਦੇ SP ਦਫ਼ਤਰ ਚੱਲ ਜਾਓ। ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਮੰਗੇ ਕਿ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਏ, ਜਿਹੜਾ ਪਰਚਾ ਬਣਦਾ ਕੀਤਾ ਹੈ, ਵੀਡੀਓ ਦੇ ਆਧਾਰ 'ਤੇ, ਕੋਈ ਇਹਨਾਂ ਨੇ ਕਾਰਵਾਈ ਨਹੀਂ ਕੀਤੀ। ਅਗਰ ਨਹੀਂ ਇਨਸਾਫ ਮਿਲਦਾ ਕਿ ਥਾਣੇ ਦੇ ਬਾਹਰ ਹੀ ਬੈਠੋਗੇ? ਆਪਾਂ ਇੱਥੇ ਟੈਂਟ ਲਾ ਕੇ ਬੈਠਾਂਗੇ, ਕੁਰਸੀ ਗਾਵਾਂਗੇ, ਇੱਥੇ ਬਾਗ, ਇੱਥੇ ਬਾਹਰ ਹੀ ਬੈਠਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ।
ਟੈਂਟ ਲਵਾਵਾਂਗੇ, ਕੁਛ ਇਹਨਾਂ ਨੂੰ ਡਿਸਟਰਬ ਨਹੀਂ ਕਰਾਂਗੇ, ਇਨਸਾਫ ਮੰਗਾਂਗੇ। ਇੱਕ ਦਿਨ ਲੱਗ ਜਾਵੇ, ਦੋ ਦਿਨ ਲੱਗ ਜਾਵੇ, ਤਿੰਨ ਦਿਨ ਲੱਗ ਜਾਵੇ, ਮਹੀਨਾ ਲੱਗ ਜਾਵੇ, ਇੱਥੇ ਹੀ ਬੈਠਾਂਗੇ। ਪ੍ਰਸ਼ਾਸਨ ਸਾਡੀ ਗੱਲ ਨਹੀਂ ਕੋਈ ਸੁਣਦਾ। ਪ੍ਰਸ਼ਾਸਨ ਜਿਹੜਾ ਕਹਿੰਦਾ ਕਿ ਅਸੀਂ ਇਨਸਾਫ ਦਿੰਦੇ ਹਾਂ, ਪ੍ਰਸ਼ਾਸਨ ਕੋਈ ਸੁਣਾਈ ਨਹੀਂ ਹੈ, ਕੋਈ ਸੁਣਾਈ ਨਹੀਂ, ਕੋਈ ਪੁੱਛ ਨਹੀਂ, ਕੋਈ ਕੁਛ ਨਹੀਂ ਹੈ। ਜਿਨ੍ਹਾਂ ਨੇ ਵੱਲੋਂ ਹਮਲਾ ਕੀਤਾ ਪਿਆ ਉਹ ਜੱਕ ਵੱਡਾ, ਉਹਨਾਂ ਦਾ ਕੀ ਗੱਲ, ਪਾਵਰ ਵੱਡੀ? ਹਾਂ, ਹੋ ਸਕਦਾ, ਹੋ ਸਕਦਾ ਵੱਡਾ ਜੱਕ। ਕਾਦਾ ਮਾਮਲਾ ਤੇ ਕੱਲ ਰਾਤ 11:30 ਵਜੇ ਦਾ ਮਾਮਲਾ ਜੀ, ਤੇ ਕੱਲ ਰਾਤ ਦਾ ਹੁਣ ਤੱਕ ਮਾਮਲਾ ਦਰਜ ਨਹੀਂ ਕੀਤਾ ਇਹਨਾਂ ਨੇ? ਕੁਛ ਨਹੀਂ ਦਰਜ ਕੀਤਾ। ਕਦੀ ਕਹਿੰਦੇ ਸਾਡਾ ਪ੍ਰਿੰਟਰ ਖਰਾਬ ਹੋ ਗਿਆ। ਕਿਹੜੇ ਟਾਣੇ ਦਾ ਮਾਮਲਾ ਜੀ? ਇਹ ਸਰਾਭਾ ਨਗਰ। ਠੀਕ ਹੈ ਜੀ।